ਸੀਗੇ ਇੱਕ ਨੂੰ ਤਾਂ ਪਹਿਲਾਂ ਲੈ ਗਏ ਸੀਗੇ ਦੋ ਹੁਣ ਕੱਢੇ ਨੇ ਇਹਨਾਂ ਦੀ ਕੀ ਹਾਲਾਤ ਹੈ ਦੋ ਉਹ ਤਾਂ ਠੀਕ ਸੀਗਾ ਉਹ ਮੁੰਡਾ ਠੀਕ ਸੀ ਇਹਨਾਂ ਦੀ ਲੱਗਦਾ ਨਹੀਂ ਹੈਗਾ ਇਹ ਬਹੁਤ ਦੇਰ ਬਾਅਦ ਪਹੁੰਚੇ ਹੋ ਗਿਆ 2 ਘੰਟੇ ਦਾ ਇਹਨਾਂ ਨੂੰ ਹੁਣ ਆਏ ਹਾਂਜੀ ਹਾਂ ਕਾ ਕੰਮ ਕਰ ਰਹੇ ਤੁਮ ਲੋਕ ਵਾਹ ਸਿਬਰੇਜ ਵਾਲਾ ਅੱਛਾ ਤੁਹਾਡੀ ਕਿੰਨੀ ਉਮਰ ਹੈ 16 ਸਾਲ 16 ਸਾਲ ठेकेदार से आप भी काम कर रहे थे हाँ आप भी नीचे गए थे हाँ और कितने लोग गए थे नीचे नीचे रहे 4 लोग गए थे हाँ एक तुम थे हाँ और कैसे एकदम ये अचानक हुआ तुम काम कर रहे हो नीचे एकदम कैसे आई गिर गया एक बार फिर पानी चलने लगा भर गया उसमें तब उसमें पानी सटक गया तब ठीक हुआ तब निकाला हमको 4 लोग थे टोटल हाँ क्या नाम बताया तुमने सौरभ कुमार उम्र तुम्हारी 16 साल ये नामधारी कॉलोनी है जी इथो ना 4-5 महीने हो गए सीवरेज का काम चल रहा है मगर कुछ लोगों की अनगहली करके ही ये होया है क्योंकि हाले सीवरेज चले नहीं सी लोगों ने धक्के नाल अपने पैपे दे विच पा ले सीगे जिस कारण यह हादसा वापर रहा अधिकारी ने रोके ने किसी ने आके क्यों चलाए ਇਹ ਜੀ SEMC ਸਾਹਿਬ ਨੂੰ ਕਿਹਾ ਵੀ ਸੀ ਉਹਨਾਂ ਨੇ ਅਲੋਸਮੈਂਟ ਵੀ ਕਰਾਈ ਸੀ 2 ਵਾਰੀ ਉਹਨਾਂ ਨੇ 25,000 ਰੁਪਏ ਜੁਰਮਾਨਾ ਵੀ ਰੱਖਿਆ ਸੀਗਾ ਮਗਰ ਲੋਕ ਸੁਧਰੇ ਨਹੀਂ ਹੈਗੇ ਤੇ ਤਾਂ ਕਰਕੇ ਹਾਸਲ ਕਿੰਨੇ ਮਜ਼ਦੂਰ ਦੇ ਲੈ ਜਾਂਦੇ ਇਹਦੇ ਵਿੱਚ 2 ਮਜ਼ਦੂਰ ਨੇ ਜੀ ਇੱਕ ਬੱਚੇ ਨੂੰ ਬਚਾ ਲਿਆ ਗਿਆ ਉਹਨੂੰ ਹਸਪੀਟਲ ਲੈ ਕੇ ਇਹਦੇ ਹਾਲਾਤ ਕੀ ਇਹ ਹਾਲਾਤ ਜੀ ਮੁਸ਼ਕਿਲ ਨੇ ਡੈਥ ਹੋ ਚੁੱਕੀ ਇਹਨਾਂ ਦੀ ਤੇ ਸਾਡੇ ਕੋਲ 2 ਬੰਦੇ ਆਏ ਹੈਗੇ ਆ ਯੰਗ ਏਜ ਹੈਗੀ ਹੈ ਤੇ ਸਾਨੂੰ ਮੈਸੇਜ ਮਿਲਿਆ ਸੀਗਾ ਤੇ ਨਾਲ ਦੀ ਨਾਲ ਅਸੀਂ 108 ਐਂਬੂਲੈਂਸ ਭੇਜਤੀ ਸੀਗੀ ਤੇ ਤੁਰੰਤ ਐਂਬੂਲੈਂਸ ਆਪਣੀਆਂ ਸਰਵਿਸਿਜ਼ ਦੇ ਕੇ ਉਹਨਾਂ ਨੂੰ ਇੱਥੇ ਲੈ ਆਈ ਹੈ ਤੇ ਦੋਨੇ ਜਿਹੜੇ ਹੁਣ ਅਸੀਂ ਚੈੱਕ ਕੀਤਾ ਹੈਗਾ ਤੇ ਬੁਰੀ ਤਰ੍ਹਾਂ ਮਿੱਟੀ ਦੇ ਥੱਲੇ ਆ ਕੇ ਉਹਨਾਂ ਦੀ ਮੌਤ ਹੋਈ ਲੱਗਦੀ ਹੈ ਪਰ ਦੋਨੇ ਐਕਸਪਾਇਰਡ ਹੋ ਚੁੱਕੇ ਆ ਬੱਚੇ ਦਾ ਜੋ ਅਸੀਂ ਦੇਖ ਰਹੇ ਹਾਂ ਬੱਚਾ ਨਹੀਂ ਦੇਖਿਆ ਦੋਨੇ ਜਿਹੜੇ ਮੇਲ ਬੰਦੇ ਹੈਗੇ ਉਹੀ ਅਸੀਂ ਦੇਖਿਆ ਮੈਂ ਸਰ ਸੈਡ ਇੰਚਾਰਜ ਹਾਂ ਜੀ ਅੱਛਾ ਇਹ ਕੀ ਹੋਇਆ ਇੱਥੇ ਸਰ ਇੱਕ ਨਾ ਗਰਕੀ ਸੀ ਨਾਲ ਇਹਦੇ ਜੀ ਇੱਕ ਉਹ ਗਰਕੀ ਡਿੱਗੀ ਇੱਕ ਨਾ ਸੀਵਰੇਜ ਆਪਣੇ ਪਾਇਆ ਹੋਇਆ ਗਲੀਆਂ 'ਚ ਚਾਲੂ ਨਹੀਂ ਕੀਤਾ ਹੋਇਆ ਹਲੇ ਠੀਕ ਹੈ ਜੀ ਉਹਦੇ ਵਿੱਚ ਲੋਕਾਂ ਨੇ ਪਾਣੀ ਛੱਡਤਾ ਜੀ ਜਿਸ ਦੇ ਕਾਰਨ ਜਿਹੜੀ ਉਹ ਮਿੱਟੀ ਆ ਕਲੈਪਸ ਕਰ ਗਈ ਜੀ ਕਿੰਨੇ ਮਜ਼ਦੂਰ ਤੇ ਮਜ਼ਦੂਰ 3 ਸੀਗੇ ਸਰ ਮੇਨ ਆਲ ਦਾ ਕੰਮ ਚੱਲ ਰਿਹਾ ਦੋ ਇਸਕੇ ਇਸ ਟਾਈਮ ਹੈ ਦੋ ਇਸ ਟਾਈਮ ਥੱਲੇ ਆ ਇੱਕ ਠੀਕ ਹੈ ਜੀ ਉਹ ਬਾਹਰ ਕੱਢ ਕੇ ਹਸਪੀਟਲ ਭੇਜ ਦਿੱਤਾ ਠੀਕ ਨੇ ਸਰ ਅਜੇ ਹਸਪੀਟਲ ਲੈ ਕੇ ਜਾਂਦੇ ਜੀ ਫਿਰ ਪਤਾ ਲੱਗੂ